ਇਡਲੀ ਜਲੇਬੀ ਪੋਣਾ ਪੈਣਾ ਹੰਨੀ ਜਮਾਈ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਨਿਊ ਵੀਡੀਓ। ਹੋਰ ਸੁਣਾਓ ਕੀ ਹਾਲ ਜੀ, ਠੀਕ ਠਾਕ ਹੋ ਸਾਰੇ? ਅਤੇ ਆਪਾਂ ਚੱਲੇ ਹਾਂ ਜੀ ਕੰਮ 'ਤੇ, ਅਤੇ ਆਪਾਂ ਅੱਜ ਗੱਡੀਆਂ ਦੇ ਨਾਲ ਨਹੀਂ ਜਾਣਾ, ਸਾਡੀ ਡਿਊਟੀ ਲੱਗ ਗਈ ਅੱਜ ਟਰੈਕਟਰ ਨਾਲ। ਆਪਾਂ ਅੱਜ ਟਰਾਲੀਆਂ ਭਰਨੀਆਂ ਅਤੇ ਜਾਂਦੇ ਹਾਂ ਬੱਬੇ ਵਾਲੀ, ਮਸ਼ੀਨ ਕਰ ਲੱਗੇ ਆਪਾਂ ਰੈਡੀ, ਅਤੇ ਮਸ਼ੀਨ ਨੂੰ ਗਰੀਸ ਮਾਰ ਕੇ ਅਤੇ ਪੰਪ ਤੋਂ ਪਵਾ ਕੇ ਤੇਲ, ਅਤੇ ਫਿਰ ਨਿਕਲਦੇ ਹਾਂ ਆਪਾਂ ਸਿੱਧਾ ਪੈਲੀ 'ਚ। ਤੁਹਾਨੂੰ ਹੁਣ ਆਪਾਂ ਮਿਲਦੇ ਹਾਂ ਪੰਪ 'ਤੇ। ਮਸ਼ੀਨ ਕਰਦੀ ਆਪਣੀ ਸਟਾਰਟ, ਤੇਲ ਆਪਣੀ ਚੈੱਕ ਕਰਕੇ ਸੈੱਟ ਆ, ਤੇਲ ਸਰਵਿਸ ਕਰਨ ਵਾਲੀ ਹੋ ਗਈ ਹੈ ਮਸ਼ੀਨ ਦੀ। ਚੱਲ ਨਹੀਂ ਪਾ ਗਾਣੀ ਹੈ, ਹੋਇਆ ਸਟਾਰਟ। ਡੀਜ਼ਲ ਵੀ ਪਾਉਣਾ ਪੈਣਾ ਹੰਨੀ ਜਮਾਈ। ਹਾਂਜੀ ਪੈਲੀ 'ਚ ਜਾਣਾ ਦਾ ਪ੍ਰੋਗਰਾਮ ਕੈਂਸਲ ਹੋ ਗਿਆ, ਮੈਂ ਤੇਲ ਲਿਆ ਕੇ ਇੱਕ ਕੈਂਡ ਇੱਥੋਂ ਪਾ ਲਿਆ ਮਸ਼ੀਨ 'ਚ ਪੰਪ ਤੋਂ, ਅਤੇ ਹੁਣ ਆਪਾਂ ਚੱਲੇ ਹਾਂ ਡੈਂਪ 'ਤੇ, ਉੱਥੋਂ ਭਰਨੇ ਹਾਂ ਕਿਉਂਕਿ ਇੱਕ ਮੁੰਡਾ ਅੱਡਾ ਨਹੀਂ ਹੈ ਅੱਜ, ਅਤੇ ਬਾਕੀ ਚੱਲਦੇ ਡੈਂਪ 'ਤੇ। ਬੜਾ ਤਿੰਨ ਡੰਡੇ ਚਾਰ ਡੰਡੇ ਤੇਲ ਹੋ ਗਿਆ। ਆਪਾਂ ਡੈਂਪ ਕੇ ਇੱਥੇ ਲੈ ਪਏ ਹਾਂ ਮਸ਼ੀਨ ਲੈ ਕੇ ਡੈਂਪ ਨੂੰ, ਡੈਂਪ ਦਾ ਭਰ ਲੈਣੇ ਤਿੰਨ ਚਾਰ ਟਰਾਲੀਆਂ, ਜ਼ਰੂਰੀ ਆ, ਬਾਕੀ ਕੱਲ੍ਹ ਨੂੰ ਵੇਖਾਂਗੇ, ਕਿਉਂਕਿ ਅੱਜ ਮੁੰਡਾ ਇੱਕ ਛੁੱਟੀ ਕਰ ਗਿਆ, ਉਹਦੇ ਕਰਕੇ ਅੱਜ ਕੰਮ ਥੋੜ੍ਹਾ ਖਰਾਬ ਹੋ ਗਿਆ। ਪਹਿਲਾਂ ਆਪਾਂ ਇੱਧਰੋਂ ਭਰਦੇ ਮਿੱਟੀ ਉੱਪਰ ਪਾਸੋਂ, ਅਤੇ ਬੰਦੇ ਮਿੱਟੀ ਪਸੰਦ ਨਹੀਂ ਗਈ, ਕਹਿੰਦਾ ਢੇਲੇ ਬਹੁਤ ਆ ਰਹੇ, ਹੁਣ ਲੱਗੇ ਆ ਇੱਥੇ ਟਰਾਲੀਆਂ ਬਾਹਰੋਂ ਲਿਆ ਕੇ ਦੋ ਤਿੰਨ ਸੁੱਟੀਆਂ ਪਈ ਗਈ ਮਿੱਟੀ, ਹੁਣ ਥੱਲੋਂ ਭਰਨੇ ਆਪਾਂ ਟਰਾਲੀ ਗਈ ਲਾਉਣ, ਬਾਕੀ ਵਿੱਚ ਕਣਕ ਕਿੰਨੀ ਵਧੀਆ ਹੋਈ ਹੈ ਇਹ ਪਤਾ ਨਹੀਂ ਕਿਹਦੀ ਬੰਦੇ ਕਿਹਦੀ ਹੈ, ਬਹੁਤ ਘੈਂਟ ਕਣਕ ਹੋਈ ਬੰਦੇ ਦੀ। ਇੱਧਰ ਹੈਗੀ ਆ ਮਾਰਕੀਟ, ਅੱਜ ਬੰਦ ਆ, ਪਤਾ ਨਹੀਂ ਕੀ ਚੱਕਰ ਆ, ਇੱਕ ਹੀ ਦੁਕਾਨ ਖੁੱਲ੍ਹੀ ਮੋਟਰਸਾਈਕਲ ਵਾਲੀ, ਇੱਕ ਉਹ ਗਾੜੀ ਰੋਡ 'ਤੇ ਖੁੱਲ੍ਹੀ ਆ, ਬਾਕੀ ਬੰਦ ਆ ਸਾਰੀ ਮਾਰਕੀਟ। ਆਪਾਂ ਫਿਰ ਲਾ ਲਿਆ ਦੋ ਦਿਨ, ਅਤੇ ਹੁਣ ਆਪਾਂ ਨਹੀਂ ਲਾਉਣੇ ਕਿਤੇ ਵੀ, ਅਤੇ ਭਰੀ ਟਰਾਲੀ ਲੈ ਚੱਲਿਆ ਘਰ, ਅਤੇ ਜੇ ਕਿਤੇ ਕਹੇਗਾ ਫੇਰਾ ਫੁਰਾ ਕੋਈ ਤਾਂ ਫਿਰ ਲਾ ਲਾਂਗੇ, ਨਹੀਂ ਤਾਂ ਕੋਈ ਗੱਲ ਨਹੀਂ। ਹਾਂਜੀ ਆਪਾਂ ਮਸ਼ੀਨ ਲੈ ਕੇ ਗਏ ਘਰੇ, ਅਤੇ ਮਸ਼ੀਨ ਆਪਣੀ ਆਹ ਲਾਤੀ ਹੈ, ਅਤੇ ਹੁਣ ਆਪਾਂ ਰੋਟੀ ਪਾਣੀ ਖਾ ਕੇ ਅਤੇ ਇਹਨਾਂ ਟਿੱਕੀਆਂ ਚੇਂਜ ਕਰਨੀਆਂ ਆਪਾਂ ਥਲੜੀਆਂ ਦੋਨੇ ਸਾਈਡਾਂ ਦੀਆਂ, ਇੱਧਰਲੀਆਂ ਕੁਝ ਜ਼ਿਆਦਾ ਘੱਸ ਚੁੱਕੀਆਂ, ਅਤੇ ਮੁੜ ਕੇ ਆਪਾਂ ਫਿਰ ਗਰੀਸ ਮਾਰਨੀਆਂ ਪੂਰੀ ਮਸ਼ੀਨ ਨੂੰ, ਪੂਰੀ ਮਸ਼ੀਨ ਨੂੰ ਗਰੀਸ ਮਾਰ ਕੇ ਅਤੇ ਗਰੀਸ ਕੰਨ ਖਾਲੀ ਕਰਕੇ, ਅਤੇ ਉਹ ਓਰੀਜਨਲ ਗਰੀਸ ਆਈ ਆ ਵਡੋਲ ਦੀ, ਇਹ ਭਰਨੀ ਆ ਕੰਨ 'ਚ। ਹਾਂਜੀ ਮਸ਼ੀਨ ਦੇ ਲੋਡਰ ਨੂੰ ਅਤੇ ਗਾੜੀ ਸਾਰੇ ਸਪੈਂਡਰਾਂ ਦੇ ਹੱਬਾਂ ਨੂੰ ਫਰੰਟ ਐਕਸਲ ਨੂੰ ਗਰੀਸ ਮਾਰ ਚੁੱਕੇ, ਅਤੇ ਬਕਟ ਨੂੰ ਵੀ ਕਰਤੀ ਆ, ਬਾਕੀ ਲੋਡ ਨਹੀਂ ਕੋਈ, ਬਾਕੀ ਲੋਡ ਹੋਏਗੀ ਤਾਂ ਆਪਾਂ ਗੱਲ ਕਰਾਂਗੇ ਸਾਈਡ 'ਤੇ ਜਾ ਕੇ, ਅਤੇ ਹੁਣ ਵੀ ਮਸ਼ੀਨ ਹੋਈ ਆ ਬਹੁਤ ਜ਼ਿਆਦਾ ਗੰਦੀ ਸਾਡੀ, ਅਤੇ ਇਹਨੂੰ ਲੱਗਿਆ ਆਪਾਂ ਕੱਪੜਾ ਮਾਰ ਕੇ ਸਾਫ਼ ਕਰਨ। ਹਾਂਜੀ ਆਪਾਂ ਮਸ਼ੀਨ ਕਰਤੀ ਆ ਸਾਫ਼ ਕੱਪੜਾ ਕੁੱਪੜਾ ਮਾਰ ਕੇ, ਲੋਡਰ ਵੀ ਕਿਵੇਂ ਲਿਸ਼ਕਾ ਮਾਰਦਾ ਹੁੰਦੇ, ਅਤੇ ਬਾਕੀ ਓਰੀਜਨਲ ਲੋਕ ਮਿਲੇ ਹਨ ਯਾਰ, ਅਤੇ ਹੈ ਦੇਸੀ ਜਿਹਾ ਕਾਰਡ ਕਰਤਾ ਇਹਨੂੰ, ਕੰਮ ਚਲਾਊ ਜਦੋਂ ਆਏਗਾ ਓਰੀਜਨਲ ਉਦੋਂ ਪਾਲਾਂਗੇ। ਬਾਕੀ ਮਸ਼ੀਨ ਆਪਣੀ ਹੈ ਲਿਸ਼ਕੀ ਦੀ, ਅੱਜ ਦੇ ਕੱਟ ਕੱਢੇ ਪਏ ਨੇ ਨਵੀਂ, ਤੱਕ ਪਾਓ ਮਹਿਕਮਾ। ਹਾਂਜੀ ਆਪਾਂ ਗਿਆ ਨਾ ਤੋਂ ਕੇ ਫਰੈਸ਼ ਹੋ ਗਏ ਸੀ, ਅਤੇ ਫਿਰ ਗਏ ਆਪਾਂ ਸ਼ਹਿਰ ਮਸ਼ੀਨ ਦੀਆਂ ਟਿੱਕੀਆਂ ਲੈ ਕੇ ਆਉਣਾ ਸੀ, ਤੋ ਲੈ ਕੇ ਆਏ ਹਾਂ ਆਪਾਂ ਅੱਜ, ਅਤੇ ਕੱਲ੍ਹ ਨਹੀਂ ਆਪਾਂ ਗਏ ਕੋਈ, ਕੱਲ੍ਹ ਏਜੰਸੀ ਜਾਈਏ ਨਹੀਂ, ਅਤੇ ਅੱਜ ਆਈਏ ਅਤੇ ਆਪਾਂ ਲੈ ਕੇ ਅਤੇ ਹੁਣ ਆਏ ਹਾਂ ਘਰ, ਅਤੇ ਬਾਕੀ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ, ਜੇ ਵੀਡੀਓ ਵਧੀਆ ਲੱਗੀ ਹੋਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ, ਫਿਰ ਮਿਲਾਂਗੇ ਕਹੀਂ ਨਵੀਂ ਵੀਡੀਓ ਵਿੱਚ, ਗੁੱਡ ਬਾਏ।